ਨਾ ਬਿਲਕੁਲ ਜੀ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ ਸਾਡਾ ਫੈਸਟੀਵਲ ਦਾ ਮਾਹੌਲ ਸ਼ੁਰੂ ਹੋ ਗਿਆ ਹੈਗਾ ਆਲਰੇਡੀ, ਹੁਣ 31 ਔਰ 1 ਤਰੀਕ ਨੂੰ ਹੈਗੀ ਹੈ। ਬਟ ਇਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਧਿਆਨ ਰੱਖਣ ਵਾਲੀ ਹੈਗੀ, ਜਿਵੇਂ ਸੈਲੀਬ੍ਰੇਸ਼ਨ ਦੇ ਨਾਲ ਨਾਲ ਆਪਣਾ ਸੇਫਟੀ ਦਾ ਵੀ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ। ਉਹਦੇ ਕਰਕੇ ਆਲਰੇਡੀ ਜੋ ਕੰਸਰਨ ਡਿਪਾਰਟਮੈਂਟ ਵੱਲੋਂ ਇਹਦੇ ਵਿੱਚ ਡਾਇਰੈਕਸ਼ਨਸ ਔਰ ਹਦਾਇਤਾਂ ਦਿੱਤੀ ਗਈ ਹੈਗੀ ਹੈ, ਜਿਵੇਂ ਜੇ ਪਟਾਕੇ ਜੋ ਸੇਲ ਵੀ ਹੁੰਦਾ ਆ ਉਹ ਪ੍ਰੋਪਰ ਲਾਇਸੈਂਸ ਕੇ ਲਾਇਸੈਂਸ ਹੋਲਡਰ ਨੂੰ ਹੀ ਪਰਮਿਸ਼ਨ ਮਿਲਦੀ ਹੈ ਕਿ ਉਹ 15 ਦਿਨ ਦਾ ਲਾਇਸੈਂਸ ਹੁੰਦਾ ਹੈ ਕਿ ਉੱਥੇ ਹੀ ਉਹੀ ਬੰਦਾ ਵੇਚਣ। ਉਹ ਇਹਦੇ ਕਰਕੇ ਕੀਤਾ ਜਾਂਦਾ ਤਾਂ ਕਿ ਆਪਣਾ ਸੇਫਟੀ ਦਾ ਸਾਰੇ ਜਿਨ੍ਹਾਂ ਨੂੰ ਲਾਇਸੈਂਸ ਮਿਲੀ ਹੁੰਦੀ ਹੈ ਉਹ ਸਾਰੇ ਸੇਫਟੀ ਦਾ ਧਿਆਨ ਰੱਖ ਸਕੇ, ਤਾਂ ਕਿ ਆਪਾਂ ਉਹਨਾਂ ਨੂੰ ਜਾ ਕੇ ਪੁੱਛ ਸਕੀਏ ਅਗਰ ਕੋਈ ਉਹਦੇ ਵਿੱਚ ਚੂਕ ਹੁੰਦੀ ਹੈ। ਲੇਕਿਨ ਕੁਛ ਜੋ ਇਨਪੁੱਟਸ ਆ ਰਹੇ ਨੇ ਜੀ, ਇਨਫੋਰਮੇਸ਼ਨਸ ਇੱਦਾਂ ਦੀ ਹੈਗੀ ਹੈ ਜਿਹਦੇ ਵਿੱਚ ਈਵਨ ਰਿਹਾਇਸ਼ੀ ਏਰੀਆ ਦੇ ਵਿੱਚ ਵੀ ਜੋ ਪਟਾਕੇ ਬਣਾਏ ਜਾ ਰਹੇ, ਇਲੀਗਲ ਤਰੀਕੇ ਨਾਲ ਫਾਇਰ ਕ੍ਰੈਕਰਸ ਬਣਾਏ ਜਾ ਰਹੇ ਹੈਗੇ ਉਹਦੇ ਵਿੱਚ, ਕਿਉਂਕਿ ਇਹ ਸਭ ਤੋਂ ਵੱਡੀ ਆਪਣੀ ਸੇਫਟੀ ਹਾਜ਼ਰਡ ਬਣਦੀ ਹੈ। ਉਹਦੇ ਕਰਕੇ ਆਲਰੇਡੀ ਪੁਲਿਸ ਟੀਮਸ ਉਹਦੇ 'ਤੇ ਕੰਮ ਵੀ ਕਰ ਰਹੇ ਹੈਗੇ, ਔਰ ਪਬਲਿਕ ਨੂੰ ਵੀ ਸਾਡੇ ਵੱਲੋਂ ਇੱਕ ਤੁਹਾਡੇ ਮੀਡੀਆ ਰਾਹੀਂ ਇੱਕ ਰਿਕੁਐਸਟ ਰਹੂਗੀ ਕਿ ਅਗਰ ਇੱਦਾਂ ਦੀ ਕੋਈ ਚੀਜ਼ ਹੁੰਦੀ ਤਾਂ ਤੁਸੀਂ ਬਿਲਕੁਲ 112 'ਤੇ ਫੋਨ ਕਰਕੇ ਤੁਸੀਂ ਡਾਇਲ ਕਰਕੇ ਦੱਸ ਸਕਦੇ ਹੋ ਜਾਂ ਲਿਖਤੀ ਕੰਪਲੇਂਟ ਦੇ ਵਿੱਚ ਵੀ ਕਰ ਸਕਦੇ। ਪੁਲਿਸ ਐਂਡ ਕੰਸਰਨ ਜੋ ਆਪਣੀ ਸਿਵਲ ਪ੍ਰਸ਼ਾਸਨ ਜੋ ਹੈਗੀ ਹੈ ਇਹਦੇ ਵਿੱਚ ਲਾਇਸੈਂਸਿੰਗ ਅਥਾਰਟੀ ਜੋ ਹੈ ਉਹ ਸਾਰੇ ਇਹਦੇ 'ਤੇ ਕੰਮ ਕਰ ਰਹੇ ਹੈ। ਐਂਡ ਸਾਰਿਆਂ ਨੂੰ ਅੱਗੇ ਐਡਵਾਂਸ ਦੇ ਵਿੱਚ ਖੰਨਾ ਵਾਸੀਆਂ ਨੂੰ ਮੇਰੇ ਵੱਲੋਂ ਔਰ ਪੂਰੇ ਪੁਲਿਸ ਵਿਭਾਗ ਵੱਲੋਂ ਦੀਵਾਲੀਆਂ ਦੀ ਐਡਵਾਂਸ ਦੇ ਵਿਸ਼ੇਸ ਹੈਗੇ ਜੀ, ਅਸੀਂ ਇਹਨਾਂ ਨੂੰ ਸੇਫਲੀ ਔਰ ਬਹੁਤ ਆਪਣੀ ਫੈਮਿਲੀ ਦੇ ਨਾਲ ਮਨਾਈਏ, ਲੇਕਿਨ ਸੇਫਟੀ ਨੂੰ ਪਹਿਲੇ ਧਿਆਨ ਰੱਖ ਕੇ ਮਨਾਈਏ ਜੀ। ਥੈਂਕ ਯੂ ਮੈਮ।